ਬਠਿੰਡਾ ਵਿਖੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਨਵੈਨਸ਼ਨ ਕੀਤੀ। ਇਸ ਕਨਵੈਨਸ਼ਨ ਵਿੱਚ ਪੰਜਾਬ ਭਰ ਦੇ ਲੋਕਾਂ ਨੇ ਹਿੱਸਾ ਲਿਆ। ਇਸ ਕਨਵੈਨਸ਼ਨ ਵਿੱਚ ਆਮ ਆਦਮੀ ਪਾਰਟੀ ਦੇ 7 ਵਿਧਾਇਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਸਾਰੇ ਵਿਧਾਇਕਾਂ ਦਾ ਕਹਿਣਾ ਹੈ ਕਿ ਦਿੱਲੀ ਵਿਖੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਅਤੇ ਦਿੱਲੀ ਬੁਲਵਾ ਕੇ ਉਹਨਾਂ ਨੂੰ ਪਾਰਟੀ ਵੱਲੋਂ ਜਲੀਲ ਕੀਤਾ ਜਾਂਦਾ ਹੈ। ਸਾਡੇ ਨੇਤਾ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਪਦ ਤੋਂ ਹਟਾਇਆ ਗਿਆ ਹੈ, ਇਹ ਸਰਾਸਰ ਗਲਤ ਹੋਇਆ ਹੈ। ਜਦੋਂ ਇਹ ਫੈਸਲਾ ਲਿੱਤਾ ਗਿਆ ਤਾਂ ਕਿਸੇ ਵੀ ਵਿਧਾਇਕ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕੋਨੇ ਕੋਨੇ ਤੋਂ ਆਏ ਬਹੁਤ ਗੈਰਤਮੰਦ, ਬਹੁਤ ਅਖਲਾਕੀ, ਜਾਗਦੀ ਜ਼ਮੀਰ ਰੱਖਣ ਵਾਲੇ ਵੱਖ ਵੱਖ ਪਾਰਟੀਆਂ ਦੇ ਲੋਕ, ਵੱਖ ਵੱਖ ਵਰਗਾਂ ਦੇ ਲੋਕ, ਵੱਖ ਵੱਖ ਉਮਰਾਂ ਦੇ ਲੋਕ, ਤੁਸੀਂ ਅੱਜ ਸਾਬਤ ਕਰ ਦਿੱਤਾ ਉਹ ਗੱਲ ਜਿਹੜੀ ਅੱਜ ਇਸ ਦੇਸ਼ ਦੀ ਰਾਜਨੀਤੀ ਵਿੱਚ ਆਮ ਪ੍ਰਚਲਿਤ ਹੈ ਕਿ ਕੱਲ ਦਾ ਅੱਜ ਕੱਲ ਯੁੱਗ ਹੈ। ਆਮ ਕਿਹਾ ਜਾਂਦਾ ਕਿ ਅੱਜ ਝੂਠ ਦਾ ਬੋਲਬਾਲਾ ਹੈ, ਅੱਜ ਪੈਸੇ ਦਾ ਬੋਲਬਾਲਾ ਹੈ, ਅੱਜ ਬਹੁਬਲੀ ਰਾਜਨੀਤੀ ਦਾ ਬੋਲਬਾਲਾ ਹੈ। ਪਰੰਤੂ ਆ ਜਿਹੜਾ ਇਕੱਠ ਜਿਹੜਾ ਸੀ ਪੰਜਾਬ ਦੇ ਸਾਰੇ ਕੋਨਿਆਂ 'ਚੋਂ ਆਇਆ, ਤੁਸੀਂ ਅੱਜ ਇੱਕ ਗੱਲ ਬਹੁਤ ਵੱਡੀ ਸਾਬਤ ਕੀਤੀ ਆ ਕਿ ਅੱਜ ਦੇ ਯੁੱਗ ਵਿੱਚ ਵੀ ਸੱਚਾਈ ਦਾ ਬਹੁਤ ਮੁੱਲ ਹੈ ਭਰਾਓ, ਸੱਚਾਈ ਦਾ ਬਹੁਤ ਮੁੱਲ ਹੈ, ਕੰਮ ਦਾ ਮੁੱਲ ਹੈ, ਜੁਰਤ ਤੇ ਗੈਰਤ ਦੇ ਨਾਲ ਖੜੇ ਹੋਣ ਵਾਲੇ ਲੋਕਾਂ ਦਾ ਮੁੱਲ ਹੈ। ਇਹ ਗੱਲ ਤੁਸੀਂ ਅੱਜ ਸਾਬਤ ਕੀਤੀ ਹੈ ਭਰਾਓ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵਾਂ। ਮੈਂ ਜਦੋਂ ਆਇਆ ਮੈਂ ਇਸ ਕਰਕੇ ਸਟੇਜ ਤੋਂ ਮੱਥਾ ਟੇਕਿਆ ਸੀਗਾ, ਮੈਂ ਉਸ ਪਰਮਾਤਮਾ ਵਾਹਿਗੁਰੂ ਦਾ ਸ਼ੁਕਰੀਆ ਅਦਾ ਕੀਤਾ। ਤੇ ਫਿਰ ਆ ਜਿਹੜੇ ਤੁਸੀਂ ਹਜ਼ਾਰਾਂ ਦੀ ਤਾਦਾਦ ਵਿੱਚ ਏਡਾ ਵੱਡਾ ਇਕੱਠ, ਲਾ ਮਿਸਾਲ ਐਡੀ ਇਸ ਤਰ੍ਹਾਂ ਦੇ ਇੰਨੀ ਗਰਮੀ ਦੇ ਵਿੱਚ ਤੁਸੀਂ ਜਿਹੜਾ ਇਕੱਠ ਕੀਤਾ, ਮੈਂ ਤੁਹਾਡਾ ਧੰਨਵਾਦ ਕਰਨ ਲਈ ਮੱਥਾ ਟੇਕਿਆ ਸੀਗਾ, ਮੈਂ ਉਸ ਵਾਹਿਗੁਰੂ ਨੂੰ ਮੱਥਾ ਟੇਕਿਆ। ਤੇ ਇਸ ਇਕੱਠ ਵਿੱਚ ਅਖੀਰ ਵਿੱਚ ਖੜੇ ਹਰ ਵਲੰਟੀਅਰ ਨੂੰ ਮੈਂ ਮੱਥਾ ਟੇਕਿਆ ਸੀਗਾ, ਮੈਨੂੰ ਆਸ ਆ ਕਿ ਮੇਰਾ ਮੱਥਾ ਤੁਹਾਨੂੰ ਪ੍ਰਵਾਨ ਹੋਵੇਗਾ। ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ, ਮੇਰੇ ਵਰਗੇ ਲੋਕ ਪ੍ਰਾਓ ਹਜ਼ਾਰਾਂ ਹੋਣਗੇ ਖੜੇ, ਹਜ਼ਾਰਾਂ ਮੇਰੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਹੋਣਗੇ, ਮੇਰੇ ਨਾਲੋਂ ਜ਼ਿਆਦਾ ਅਕਲਮੰਦ ਲੋਕ ਹੋ ਸਕਦੇ ਨੇ। ਪਰੰਤੂ ਜਿਹੜਾ ਅੱਜ ਤੁਸੀਂ ਇਹ ਮੇਰਾ ਸਾਥ ਦਿੱਤਾ ਵਾ, ਇਹ ਤੁਸੀਂ ਕਾਰਜ ਸ਼ੈਲੀ, ਕੰਮ ਤੇ ਜਨਤਾ ਦੀ ਅਮਦਾਦ ਦਾ ਤੇ ਲੋਕਾਂ ਦੇ ਮੁੱਦੇ ਉਠਾਉਣ ਦਾ ਤੇ ਵਿਧਾਨ ਸਭਾ ਵਿੱਚ ਆਮ ਗੁਰਬਿਆਂ, ਗਰੀਬਾਂ, ਖੇਤ ਮਜ਼ਦੂਰਾਂ, ਕਿਰਤੀਆਂ, ਕਾਮਿਆਂ, ਕਿਸਾਨਾਂ, ਵਪਾਰੀਆਂ ਜਿਹੜੀ ਅਸੀਂ ਗੱਲ ਉਠਾਈ, ਅੱਜ ਤੁਸੀਂ ਉਹ ਮੇਰਾ ਬੁੱਲ ਮੋੜਿਆ। ਮੈਂ ਤੁਹਾਡਾ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ, ਸਾਡੇ ਕੋਲ ਕੋਈ ਸਾਧਨ ਨਹੀਂ ਗਏ, ਆ ਸਾਡਾ ਪੰਡਾਲ ਹੀ ਦੇਖ ਲਓ, ਗਰੀਬਾਂ ਦਾ ਪੰਡਾਲ ਆ, ਆ ਸਾਡੀਆਂ ਕੁਰਸੀਆਂ ਦੇਖ ਲਓ, ਜੇ ਇਹੀ ਪੰਡਾਲ ਰਵਾਇਤੀ ਤਾਕਤਵਰ ਪਰਿਵਾਰਾਂ ਦਾ ਪੰਡਾਲ ਹੁੰਦਾ, ਬਾਦਲ ਸਾਹਿਬ ਦਾ, ਕੈਪਟਨ ਅਮਰਿੰਦਰ ਸਿੰਘ ਦਾ, ਮੋਦੀ ਸਾਹਿਬ ਦਾ, ਇੱਥੇ ਏਅਰ ਕੰਡੀਸ਼ਨ ਲੱਗੇ ਹੋਣੇ ਸੀ ਪਿੱਛੇ, ਇੱਥੇ ਕੁਰਸੀਆਂ ਰਾਜੇ ਮਹਾਰਾਜਿਆਂ ਵਾਲੀਆਂ ਲੱਗੀਆਂ ਹੋਣੀਆਂ ਸੀਗੀਆਂ। ਪਰੰਤੂ ਤੁਸੀਂ ਇੰਨੀ ਕੜਕਦੀ ਗਰਮੀ ਦੇ ਵਿੱਚ ਸਾਰੀਆਂ ਗੱਲਾਂ ਨੂੰ ਪਰੇ ਰੱਖ ਕੇ, ਸਾਡੇ ਕੋਲ ਤਾਂ ਪਾਣੀ ਦਾ ਬੰਦੋਬਸਤ ਨਹੀਂ ਹੋਇਆ, ਸਾਡੇ ਕੋਲ ਕੋਈ ਲੰਗਰ ਦੀ ਗੱਲ ਨਹੀਂ ਹੋਈ, ਤੁਸੀਂ ਆਪ ਮੁਹਾਰੇ ਆਪਣੀਆਂ ਬੱਸਾਂ, ਗੱਡੀਆਂ, ਮੋਟਰਾਂ, ਟਰਾਲੀਆਂ, ਸਕੂਟਰ, ਮੋਟਰਸਾਈਕਲ ਲੈ ਕੇ ਤੁਸੀਂ ਆਏ ਹੋ। ਤੁਹਾਡੇ ਇਸ ਅੱਜ ਦੇ ਇਕੱਠ ਨੇ ਸੁਖਪਾਲ ਸਿੰਘ ਖਹਿਰਾ ਤੇ ਮੇਰੇ ਸਤਿਕਾਰਯੋਗ MLA ਨੂੰ ਤੇ ਸਾਡੀ ਪਾਰਟੀ ਦੇ ਲੋਕਾਂ ਨੂੰ ਅੱਜ ਆਪਣੇ ਕੰਮ ਕਰਨ ਦੇ ਤਰੀਕੇਕਾਰ ਦੇ ਵਿੱਚ ਬਹੁਤ ਵੱਡੀ ਸ਼ਕਤੀ ਦਿੱਤੀ ਆ। ਔਰ ਮੈਂ ਦਿੱਲੀ ਵਾਲਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਜੇ ਇਸ ਤੋਂ ਬਾਅਦ ਸਾਡਾ ਜਿਹੜਾ ਕੰਮ ਕਰਨ ਦਾ ਅੰਦਾਜ਼ ਤੇ ਸਾਡੇ ਕੰਮ ਕਰਨ ਦੀ ਸਪੀਡ ਅੱਗੇ ਨਾਲੋਂ ਵੀ ਵਧਾਵਾਂਗੇ ਕਿ ਵਧਾਵਾਂਗੇ।
गल जी शुरू हुई चाहे शायद 26 जुलाई नगुआ ने दिल्ली तो बैठ के एक बटन दबा के पंजाबियों के जज्बातों को रोंद दिता गल उतो शुरू हुई चिंगाड़ी उतो लगी है मैनू जो लीडर ऑफ ओपोजिशन के अहदे तो हटाया गया गल उतो शुरू हुई सी और अज मेरे मानजोग एमएलए साहब ने राजर सिंह होना ने तो दूजे ने